ਕੀ ਨਾਂ ਜੀ? ਬਸੰਤ ਸਿੰਘ ਪਿੰਡ ਰੌਲੀ ਰੌਲੀ ਦੇ। ਅੱਜ ਸੂਏ ਤੇ ਖੜੇ ਆ, ਕੀ ਸਮੱਸਿਆ? ਸੂਏ ਦੀ ਸਮੱਸਿਆ ਇਹ ਆ ਵੀ ਸੁੱਕਾ ਹੜ ਆਉਂਦਾ, ਪਾਣੀ ਨੀ ਆਇਆ, 20 ਦਿਨ ਹੋ ਗਏ ਆ, ਝੋਨੇ ਜਮਾਂ ਸੁੱਕੇ ਪਏ, ਮੱਚੇ ਪਏ ਝੋਨੇ। ਉਧਰੋਂ ਲਾਈਟ ਘੱਟ ਗਈ, ਉਧਰੋਂ ਸੂਏ ਵਾਲੇ ਤਾਂ ਜਮੇ ਨੀ ਆਉਂਦੇ ਇੱਥੇ, ਨਾ ਕੋਈ ਮੀਟ ਆਉਂਦਾ, ਨਾ ਕੋਈ ਵੇਲਦਾਰ ਆਉਂਦਾ, ਨਾ ਕੋਈ ਉਮਰ ਸ਼ੀਰ ਮਾਤਾ ਵੇਖਿਆ। 2 ਸਾਲ ਹੋ ਗਏ ਇਹਨਾਂ ਦਾ ਵੇਖਿਆ ਹੀ ਨੀ ਕਿਸੇ ਮਾਤਾ। ਪਾਣੀ ਆਇਆ ਨੀ? ਆਇਆ ਨੀ ਪਾਣੀ, ਜਿੱਥੇ ਮੀਂਹ ਪੈ ਗਿਆ ਉੱਥੇ ਫੁੱਲ ਆ ਜਾਊਗਾ, ਉਦੋਂ ਪਹਿਲਾਂ ਆਉਂਦਾ ਹੀ ਨੀ ਗਾ। ਮਗਰ ਪੈਪ ਚੱਲੀ ਜਾਂਦੇ ਲੱਗੇ ਆ, ਤੁਰੇ ਕੋਈ ਗੇੜਾ ਨੀ ਆਉਂਦਾ ਇੱਧਰ। ਤੇ ਕਿਸ ਤਰ੍ਹਾਂ ਸਾਰਦੇ ਪਾਣੀ? ਸਾਰਨਾ ਕਿਵੇਂ ਆ, ਟੱਕਰਾਂ ਮਾਰੀ ਜਾਂਦੇ ਆ, ਜਿਹੜਾ ਘੁੱਟ ਘੁੱਟ 2 ਘੰਟੇ ਲਾਈਟ ਆਉਂਦੀ ਆ, ਕਦੇ ਉਹ ਕਿਹਾ ਜੇ ਪਾ ਲਈਦਾ, ਕਦੇ ਦੂਜੇ 'ਚ ਪਾ ਲਈਦਾ, ਕੀ ਕਰੀਏ, ਮੱਚੇ ਪਏ ਝੋਨੇ, ਵਿਆੜ ਪਾਟੇ ਪਏ ਆ। ਸਾਰਦੇ ਕਿਸ ਤਰ੍ਹਾਂ ਆਉਂਦਾ ਜੀ? ਸਾਰਨਾ ਕੀ ਆ, 4-5 ਦਿਨ ਵਿਹਨੇ ਆ, ਜੇ ਨਾ ਸੂਆ ਆਇਆ ਫਿਰ ਝੋਨੇ ਵਾਹੁਣੇ ਪੈਣੇ ਸਾਨੂੰ ਤਾਂ। ਉਧਰੋਂ ਲਾਈਟ ਉਹ ਮੱਚ ਗਿਆ, ਤੇ ਉਹ ਬਿਜਲੀ ਦਾ ਮੱਚਿਆ ਕਰਕੇ ਉਹ ਲਾਈਟ ਘਟਾ ਦੀ, ਜਦ ਘਟੀ ਕਰਕੇ ਨਹੀਂ ਆਉਂਦੀ ਲਾਈਟ, ਤਾਂ 2-4 ਘੰਟੇ ਵਿਚਾਰੇ ਦਿੰਦੇ ਯਾਰ, ਬੁੱਤਾ ਲਾਈ ਜਾਂਦੇ ਉਹ। ਸੂਆ ਆਉਣ ਤੁਹਾਡੇ 20-25 ਦਿਨ ਹੋ ਗਏ ਆ, ਜਦੋਂ ਮੀਂਹ ਪਿਆ ਉਦੋਂ ਦਾ ਪਿਛਲਾ ਹੀ ਆਇਆ, ਆਇਆ ਨੀ ਪਹਿਲਾਂ ਤਾਂ। ਹੁਣ ਕਿਸ ਤਰ੍ਹਾਂ ਨਹਿਰੀ ਪਾਣੀ ਤਾਂ ਸਰਕਾਰ ਕਹਿੰਦੀ ਖੇਤਾਂ ਤੱਕ ਪਹੁੰਚਾਇਆ ਜਾਵੇ? ਆਹ ਦੇਖ ਲਓ, ਖੇਤਾਂ ਤੱਕ ਸੂਆ ਸੁੱਕਾ ਹੀ ਅੜਾਂਦਾ, ਵੇਖ ਲਓ ਕਿਹੜਾ ਆਇਆ ਖੇਤਾਂ ਦੇ, ਤੁਹਾਡੇ ਕੋਲੇ ਸਾਹਮਣੇ ਵੇਖ ਲਓ, ਆਹ ਦੇਖੋ ਸੂਏ ਦੇ ਉੱਤੇ ਖੜੇ ਆ।